ਇੱਧਰ ਕੈਪਟਨ ਸਾਹਿਬ ਨੇ ਇੰਡਾਇਰੈਕਟਲੀ ਆਪਦੀ ਇੱਛਾ ਜਤਾਈ ਹੈ, ਉੱਧਰ ਮਾਨ ਸਾਹਿਬ ਨੇ ਵੀ ਜਤਾਈ ਇੱਛਾ, ਕਹਿੰਦੇ ਕਿ ਭਾਈ ਪ੍ਰਧਾਨ ਕੋਈ ਹੋਰ ਬਣਾ ਦਿਓ। ਹੁਣ ਇੱਛਾ ਕਿ ਅੱਛਾ ਜੀ, ਹੁਣ ਸਮਝ ਨਹੀਂ ਆ ਰਿਹਾ ਗੱਲ ਕੀ ਕਹਿਣਾ ਚਾਹੁੰਦੇ ਨੇ ਉਹ, ਕਿਤੇ ਉਹੀ ਗੱਲ ਤਾਂ ਜਿਹੜੀ ਆਪਾਂ ਪਿਛਲੇ ਦਿਨਾਂ ਤੋਂ ਕਰ ਰਹੇ ਸੀ। ਆ ਵੇਖੋ, ਇਹ ਗੱਲ ਤਾਂ ਵਾਰ ਵਾਰ ਕਰਦੇ ਸੀਗੇ ਅਸੀਂ ਜੀ ਕਿ ਇਹਨਾਂ ਨੂੰ ਬਿਲਕੁਲ ਉਹਨਾਂ ਨੇ ਡੰਮੀ ਜਿਹਾ ਬਣਾ ਕੇ ਰੱਖ ਦੇਣਾ ਆ, ਅਤੇ ਉਹ ਬਣਾ ਕੇ ਰੱਖ ਦਿੱਤਾ ਸਾ ਜੀ। ਹੁਣ ਤੁਸੀਂ ਦੇਖੋ ਨਾ ਕਿ ਪ੍ਰਸ਼ਾਸਕੀ ਤੌਰ 'ਤੇ ਇੱਕ ਤਾਕਤ ਹੁੰਦੀ ਆ, ਪ੍ਰਸ਼ਾਸਕੀ ਤਾਕਤ ਦਾ ਹਾਲ ਇਹ ਆ ਕਿ ਜਿਸ ਬੰਦੇ ਨੂੰ ਕੋਰਟ ਨੇ ਕੇਜਰੀਵਾਲ ਜਾਂ ਕਹਿ ਲਓ ਕਿ ਉਸ ਟਾਈਮ CMO ਜਾਂ ਸੋਰੀ CM ਹਾਊਸ ਜੀ ਉਹਦੇ ਨੇੜੇ ਨਾਲ ਫਟਕਣ ਦੀ ਹਦਾਇਤ ਦਿੱਤੀ ਤਾਂ ਉਸਨੂੰ ਤੋੜ ਦਿੱਤਾ, ਅਤੇ ਖਬਰਾਂ ਲੱਗੀਆਂ ਇੱਥੇ ਕਿ ਕੇਜਰੀਵਾਲ ਦਾ ਇੱਕ ਵਫ਼ਾਦਾਰ ਸਾਥੀ ਆ ਗਿਆ, ਅੱਜ ਤੱਕ ਉਹਦਾ ਖੰਡਨ ਨਹੀਂ ਆਇਆ। ਸੁਣਨ 'ਚ ਆ ਰਿਹਾ ਕਿ ਉੱਥੇ ਕੁਰਸੀ ਡੱਠੀ ਪਈ ਆ, CM ਦੀ ਰਿਹਾਇਸ਼ 'ਤੇ ਤਾਂ ਕੁਰਸੀ ਡੇਂਦੀ ਜੀ। ਐਦੋਂ ਵੱਡੀ ਪ੍ਰਸ਼ਾਸਕੀ ਤਾਕਤ ਨੂੰ ਨੱਥ ਮਾਰਨੀ ਜਿਹੜੀ ਆ ਕਿਹੜੀ ਹੋ ਸਕਦੀ, ਕਿਹੜੀ ਹੋ ਸਕਦੀ ਹੈ? ਬਿਲਕੁਲ, ਮੀਡੀਆ ਜੋ ਅੱਜ ਦੇ ਦੌਰ 'ਚ ਸਿਆਸਤ ਦੀ ਜ਼ਰੂਰਤ ਹੈ, ਖਾਸ ਤੌਰ 'ਤੇ ਸੱਤਾ ਸਥਾਪਤੀ ਵਾਸਤੇ ਚੱਲਦਾ ਰੱਖਣ ਵਾਸਤੇ ਮੀਡੀਆ ਨੂੰ ਮੈਨੇਜ ਕੀਤਾ ਜਾਂਦਾ, ਉਹ ਜਿਹੜੇ ਹੈਂਡਲਰ ਨੇ ਸਭ ਉਹ ਬਦਲ ਦਿੱਤੇ ਗਏ ਸਾਰੇ ਜੀ। ਬਿਲਕੁਲ, ਉਹ ਸਾਰੀ ਟੀਮ ਹੀ ਪਹਿਲਾਂ ਵੀ ਜ਼ਿਆਦਾਤਰ ਟੀਮ ਉਹਨਾਂ ਦੀ ਸੀਗੀ, ਉਹ ਆ ਗਈ, ਫਿਰ ਚੀਫ ਸੈਕਟਰੀ ਬਦਲੇ ਗਏ, ਉਹਦਾ ਵੀ ਆਪਾਂ ਜ਼ਿਕਰ ਕੀਤਾ ਸੀ ਜੀ। ਤੁਸੀਂ ਦੇਖੋ ਕਿ ਹਾਲਾਤ ਇਹ ਨੇ ਕਿ ਮਾਨ ਸਾਹਿਬ ਤਾਂ ਕਹਿ ਰਹੇ ਆ ਕਿ ਜੀ ਮੈਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿਓ, ਫੁੱਲ ਟਾਈਮ ਕੋਈ ਪ੍ਰਧਾਨ ਲਾ ਲਓ। ਸਰ, ਤੁਹਾਨੂੰ ਪ੍ਰਧਾਨ ਸਮਝਦਾ ਕੌਣ ਹੈ? ਤੁਹਾਡੇ ਵਿਧਾਇਕ ਤੁਹਾਨੂੰ CM ਨਹੀਂ ਮੰਨਦੇ ਮੇਰੇ ਖਿਆਲ ਦੇ ਨਾਲ, ਕਿਉਂ? ਕਿਉਂਕਿ ਉਹ ਫੀਡਬੈਕ ਦੋ ਦੋ ਤਿੰਨ ਤਿੰਨ ਦੀਆਂ ਜੋਟੀਆਂ ਬਣਾ ਕੇ ਉਹ ਤੇ ਜਾ ਰਹੇ ਨੇ ਦਿੱਲੀ ਜੀ। ਇਹਨਾਂ ਦੇ ਦੋ MLAs ਨੇ ਉੱਥੇ ਜਾ ਕੇ ਸੈਲਫੀ ਪਾਈ ਸਾਹਿਬ, ਅਰਵਿੰਦ ਕੇਜਰੀਵਾਲ ਦੀ ਚੌਂਕੀ ਭਰਦਿਆਂ ਨੇ ਉੱਥੇ ਸੈਲਫੀ ਪਾ ਕੇ ਕਿਹਨੂੰ ਦਿਖਾ ਰਹੇ ਨੇ ਉਹ, ਵੀ ਅਸੀਂ ਤਾਂ ਉੱਥੇ ਬੈਠੇ ਹਾਂ ਸਭ। ਇੱਕ MLA ਪਿਛਲੇ ਤਿੰਨ ਕੁ ਚਾਰ ਦਿਨ ਤੋਂ ਉੱਥੇ ਬੈਠਾ ਦਿੱਲੀ ਦੇ ਵਿੱਚ ਜੀ, ਉਹ ਕਹਿੰਦਾ ਪਤਾ ਨਹੀਂ ਕਦੋਂ ਵਾਰੀ ਆਏਗੀ, ਕਦੋਂ ਜਾਨ ਛੁੱਟੇਗੀ। ਫੀਡਬੈਕ ਤਾਂ ਕੇਜਰੀਵਾਲ ਸਾਹਿਬ ਲੈ ਰਹੇ ਆ, ਤੁਸੀਂ ਪ੍ਰਧਾਨ ਕਾਹਦੇ ਹੋ? ਕਾਹਦੇ ਹੋ? ਬਿਲਕੁਲ, ਇਹ ਤਾਂ ਬਸ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਹੌਲੀ ਹੌਲੀ ਕਦੇ ਇਹਨਾਂ ਨੇ ਕਹਿ ਦੇਣਾ ਕਿ ਭਾਈ ਮੇਰੀ ਸਿਹਤ ਸੂਤ ਠੀਕ ਨਹੀਂ ਰਹਿੰਦੀ, ਮੈਨੂੰ ਤਾਂ CM ਤੋਂ ਵੀ ਛੁੱਟੀ ਦੇ। ਨਹੀਂ ਨਹੀਂ, ਹੁਣ ਨਹੀਂ ਕਹਿੰਦੇ, ਹੁਣ ਲੋੜ ਹੀ ਨਹੀਂ ਪੈਣੀ, ਹੁਣ ਰਹਿ ਕੀ ਗਿਆ ਜੀ, ਬਸ ਹੁਣ ਤਾਂ ਫੀਟ 'ਤੇ ਨਜ਼ਾਰੇ, ਤੇਰੀ ਫੀਟ 'ਤੇ ਜੇਠ ਨਜ਼ਾਰੇ ਲੈਂਦਾ, ਉਹ ਨਜ਼ਾਰੇ ਲਈ ਚਲੋ, ਬਸ ਜੋ ਉਹਨਾਂ ਨੂੰ ਚਾਹੀਦਾ ਸੀਗਾ ਉਹ ਤਾਂ ਤੁਸੀਂ ਬਣ ਚੁੱਕੇ ਹੋ, ਬਣ ਚੁੱਕੇ ਹੋ, ਜਾਂ ਉਹਨਾਂ ਨੇ ਜੋ ਚਾਹੀਦਾ ਸੀ ਉਹਨਾਂ ਨੇ ਕੱਢ ਲਿਆ ਹੇਠੋਂ। ਹਾਂਜੀ, ਆਸੇ ਪਾਸੇ ਕੱਢ ਲਿਆ, ਕਿਉਂਕਿ ਆਰਥਿਕ ਸਲਾਹਕਾਰ ਆ ਗਏ ਜੀ, ਠੀਕ ਹੈ ਜੀ, ਚੀਫ ਸੈਕਟਰੀ ਆਪਣਾ ਆ ਗਿਆ ਉਹਨਾਂ ਦਾ, ਵੱਖ ਵੱਖ ਅਦਾਰਿਆਂ 'ਚ ਅਜੇ ਮੈਨੂੰ ਆਹ ਖਬਰ ਸੁਣਨ ਨੂੰ ਮਿਲ ਰਹੀ ਆ ਕਿ ਜਿਹੜੇ ਸ਼ਾਇਦ ਸੂਚਨਾ ਕਮਿਸ਼ਨਰ ਲਾਉਣੇ ਨੇ ਜੀ, ਉਹ ਵੀ ਕਹਿੰਦੇ ਕਿ ਦੋ ਪਾਸਿਓਂ ਆ ਰਹੇ ਨੇ, ਇਹ ਵੀ ਤਾਂ ਅਲੋਕਰੀ ਗੱਲਾਂ ਹੋ ਰਹੀਆਂ। ਮਤਲਬ ਕਿ ਸਾਰਾ ਤਾਂ ਤੁਹਾਡਾ ਉਹਨਾਂ ਨੇ ਪ੍ਰਸ਼ਾਸਕੀ ਤਾਣਾ ਬਾਣਾ ਜਿਹੜਾ ਸੀਗਾ ਉਹ ਹੱਥ ਆਪਣੇ ਮੈਨੇਜ ਕਰ ਲਿਆ। ਬਿਲਕੁਲ, ਰਹਿ ਗਈ ਜਥੇਬੰਦਕ ਗੱਲ ਕਿ ਜਥੇਬੰਦਕ ਤੌਰ 'ਤੇ ਵੀ ਤੁਸੀਂ ਹੁਣ ਪਾਸਿਓਂ ਸਾਈਡਲਾਈਨ ਕਰ ਦਿੱਤਾ। ਜੇ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਗੱਲ ਹੈ ਤਾਂ 2.5 ਸਾਲਾਂ ਬਾਅਦ ਤੁਹਾਨੂੰ ਯਾਦ ਆਇਆ ਕਿ ਯਾਰ ਮੈਂ ਤਾਂ ਮੁੱਖ ਮੰਤਰੀ ਵੀ ਹਾਂ ਜੀ, ਅਤੇ ਨਾਲ ਪ੍ਰਧਾਨਗੀ ਕਿਵੇਂ ਜਥੇਬੰਦਕ ਜੋ ਢਾਂਚਾ ਹੈ ਉਹਨੂੰ ਕਿਵੇਂ ਚਲਾਊਂਗਾ। 2.5 ਸਾਲਾਂ ਬਾਅਦ ਸੁਰਤ ਆਉਣੀ ਸੀ, ਹਜ਼ੂਰ ਇਹਨਾਂ ਨੂੰ ਹਦਾਇਤ ਹੋਈ ਹੈ ਕਿ ਤਿਆਰੀ ਕਰੋ ਤੇ ਮੂੰਹ ਨਾਲ ਕਹੋ ਜੀ, ਕਹੋ, ਹੋ ਸਕਦਾ। ਪਰ ਜਿੰਨੀ ਕੁ ਆਪਣੇ ਕੋਲ ਜਾਣਕਾਰੀ ਸੀਗੀ, ਇਹਨਾਂ ਨੂੰ ਇਹ ਬਿਆਨ ਦਿੰਦਿਆਂ ਵੇਖਣ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਹੀ ਸਾਨੂੰ ਸੂਚਨਾ ਮਿਲ ਗਈ ਸੀਗੀ ਕਿ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਬਦਲਿਆ ਜਾ ਸਕਦਾ ਹੈ ਜੀ, ਅਤੇ ਪ੍ਰਧਾਨ ਵੀ ਗਾਂ ਹੋ ਸਕਦਾ ਕਿ ਹਿੰਦੂ ਚਿਹਰਾ ਹੋਵੇ, ਹੋ ਸਕਦਾ SC ਚਿਹਰਾ ਹੋਵੇ, ਉਹਦੇ ਬਾਰੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਪਰ ਇਸ ਤਰ੍ਹਾਂ ਦਾ ਫੇਸ ਇੱਕ ਦਿੱਤਾ ਜਾ ਸਕਦਾ ਹੈ। ਤਾਂ ਗੱਲ ਇਹ ਆ ਕਿ ਇਹਨਾਂ ਨੂੰ ਬਦਲਣ ਦੀ ਤਾਂ ਹੁਣ ਕੋਈ ਜ਼ਰੂਰਤ ਹੀ ਨਹੀਂ ਹੈਗੀ ਸਰ ਜੀ, ਇਹਨਾਂ ਦੀਆਂ ਮਜਬੂਰੀਆਂ ਨੇ। ਮੈਂ ਵਾਰ ਵਾਰ ਕਹਿੰਦਾ, ਮੈਂ ਕੱਲ੍ਹ ਵੀ ਕਿਹਾ ਸੀਗਾ, ਕੱਲ੍ਹ ਕਿਉਂਕਿ ਆਪਣਾ ਆਫ ਸੀਗਾ ਬਿਲਕੁਲ, ਅਤੇ ਮੈਂ ਲਾਈਵ ਹੋਇਆ ਸੀਗਾ ਨਿੱਜੀ ਪੇਜ ਤੋਂ, ਅਤੇ ਮੈਂ ਉੱਥੇ ਵੀ ਇਹ ਗੱਲ ਕਹੀ ਸੀਗੀ ਕਿ ਸੰਸਾਰ ਨੂੰ ਜਿੱਤਣ ਤੁਰੇ ਕਈ ਵਾਰ ਪਰਿਵਾਰ ਅਥਵਾਰ ਜਾਂਦੇ, ਪਰਿਵਾਰ ਅਥਵਾਰ ਜਾਂਦੇ। ਬਿਲਕੁਲ, ਹੁਣ ਇਹ ਤੋਂ ਵੱਧ ਮੈਂ ਕੀ ਕਹਾਂ ਤੁਹਾਨੂੰ? ਸਹੀ ਗੱਲ ਹੈ ਜੀ, ਇਸ਼ਾਰਿਆਂ ਇਸ਼ਾਰਿਆਂ 'ਚ ਸਭ ਗੱਲਾਂ ਸਮਝ ਆ ਜਾਂਦੀਆਂ ਨੇ ਕਈ ਵਾਰੀ, ਇਸ਼ਾਰੋਂ ਕੋ ਸਮਝੋ ਤੋ ਰਾਜ ਕੋ ਰਾਜ ਰਹਿਣੇ ਦੋ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਖੁੱਲ੍ਹ ਆਉਣੀਆਂ ਜੇ ਕਿਸੇ ਦਿਨ, ਖੁੱਲ੍ਹ ਰਹੀਆਂ ਨੇ ਮਿੰਟੂ ਜੀ, ਹੌਲੀ ਹੌਲੀ ਖੁੱਲ੍ਹ ਆਉਣੀਆਂ ਜੇ, ਅਗਲਾ ਆਖਰੀ ਗੰਢਾਂ ਹੀ ਰਹਿ ਗਈ ਹੁਣ ਤਾਂ ਬਸ ਖੁੱਲ੍ਹ ਜਾਣੀਆਂ ਵੀ। ਬਹੁਤ ਅੰਦਰ ਖਾਤੇ ਇਹਨਾਂ ਨੂੰ ਚਾਹੁਣ ਵਾਲੇ ਜਿਹੜੇ ਮੁਹੱਬਤ ਕਰਨ ਵਾਲੇ ਬੰਦੇ ਜਿਹੜੇ ਸਰਕਾਰ 'ਚ ਵੀ ਬੈਠੇ ਉਹ ਵੀ ਕਹਿੰਦੇ ਆ ਕਿ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਮਾਨ ਸਾਹਿਬ ਇੰਨੇ ਮਜਬੂਰ ਕਿਉਂ ਹੋ ਗਏ ਸਾ। ਬਿਲਕੁਲ ਜੀ, ਬਿਲਕੁਲ, ਮੇਰੇ ਵਾਸਰ ਨਾ ਰਾਂਝ ਨਾ ਮੰਨ ਕੇ ਨਾਲ ਜਾਂਦੇ ਖੇੜੇ ਜੀ, ਗੱਲ ਤਾਂ
मतलब किस तरह की हो गई है सर। तो हुण ये जो मर्जी कही जान पर उन्होंने जो पिछों हदायत दी है वो मुताबक तो चलना ही पेगा। जी जी बिल्कुल। बाकी जो जिम्मेवार की गल आ मैं तो कहना आ कि फिर तुम आ 12-13 मंत्रालय मेरे ख्याल के घट्टो घट होने एग्जैक्ट मैं नंबर याद नहीं है जी पता नहीं है लगभग दर्जन के करीब हो गए तो फिर भी छोड़ो छुट्टी एक अद्ध रख लो होम रख लो बाकी सर उतो भी छुट्टी करो क्यों क्योंकि उत्थे भी तो फिर यही चीज़ गल जी ढुकती है ना कि भाई जिम्मेवारी जी है यानी जोड़ा ध्यान है थोड़ा वो भटकता सो इस करके उत्थे भी जिम्मेवारी जी है वो थोड़ी जी घट कर लो। बिल्कुल बिल्कुल जी बिल्कुल। अमन पन्नू जी कह रहे हैं कि केजरीवाल का की बनू केजरीवाल होर कुछ बन रहा है वो अपन हौली हौली अगे आगे समझ आई जानी है वो आपके कुछ बनाने वास्ते ही इधर वाला ढा रहे हैं मैनू लगता है कि आप प्रधान कहते दिल्ली तो यस होके आएगा बिल्कुल जिदा के संकेत है तो मैं तो मिंटू जी की बिना इजाजत तो ही मैंने लग रहा है कि भाई बिल्कुल इदा ही होएगा जो बाकी सारिया चीजा उतो इजाजत आई हैं तो प्रधान भी इजाजत ही आएगा उतों ही होंगे सर जी। अमन अरोड़ा का नाम चल रहा है हरपाल चीमा जी का नाम चल रहा है मैनू तो यह लगता कि इन्हों के नाल डिप्टी ना ला देना हूँ गां ये तो सारा कुछ हो गया आप बिल्कुल अगाऊ ही दसी जाते हूँ दो चीज़ा हो गई एक तो बहुत सारे एम एल ए जोड़े है ना वो दिल्ली दरबार के होर वफादार हो जाएंगे कि साड़ी टिकट बची रहे अगली बार बिल्कुल उन्होंने पता लगे भी इतों कुछ कुछ दिन टिकटा कट्टे नेड़े जे जाके हो सकता 30-40% टिकटा कट देन। दूजी चीज़ ये आ कि हूँ जोड़ा आने वाले दिनों च हो सकता वो यही हो सकता कि जिदा क्योंकि मान साहब के भी उल्ट तड़े है पार्टी के जी 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 उन्होंने तरजीह दें दे हो सकता ना डिप्टी ला दें हो सकता बिल्कुल नाले तो वक् वक् वर्ग के जो वोटर होंगे जिदा एससी है तो वह सवाल भी उठता है ना देव मान ने चुकया सवाल तुम्हें पता भी होना जी जी उन्होंने रगड़ के रख दिता से उन्होंने कि एससी बई डिप्टी चीफ मिनिस्टर हो बेहतर है सो य सारिया चीज़ा जीडिया ने संकेत दे रही कि मान साहब ठीक है मान साहब मुख्यमंत्री के तौर पर तो है जी उन्होंने नेम प्लेट पर सीएम लिखा हुआ है पर असल जो सुपर सीएम है वह कितने होर बैठा है बिल्कुल पासा मार वाला काम ही है कि तुम माड़ा जहा पासा मारो है ना जी जी। खैर मिंटू जी एक खबर होर आप करिए अगे नूं ये भी आप दे विधायक नाल ही जुड़ी हुई है कहिंदे कोई कोठी कोठी का मसला है जी तो कोठी भी करोड़ों की है ये की मसला पै गया नहीं देखो मैनूं समझ नहीं आई क्योंकि जिहड़ा विधायक आ हरमीत सिंह पठान माजरा मेरे नानके पिंडों ही अगे भी तुहानूं दस्सिया जी तो इहदा भी रौला कोई ना कोई रहिंदा ही आ पर इस खबर के नाल क्यों जोड़िया जा रहा मैनू इस गल की समझ नहीं आई मीडिया की क्योंकि उन्हां दा जो रिलेशन सीगा वो तो जलूस निकलिया एक दूजे का बिल्कुल बाद दे विच जी जी उन्हां दी जिहड़ी निजी जिंदगी सी उहदा तां रज के कट्टा उड़िया बिल्कुल बिल्कुल बाद दे विच हुण जां तां कट्ठे रहिंदे हुण